ਤੇ ਗਾਈਸ ਮੈਂ ਆਇਆ ਸੀਗਾ ਝੱਪਰ ਚੜੀ ਤੇ ਮੈਂ ਬਾਹਰ ਖੜਿਆ ਹੋਇਆ ਸੀਗਾ, ਮੈਂ ਕਿਹਾ ਏਦਾਂ ਹੀ ਵੀਡੀਓ ਬਣਾ ਕੇ ਦੇਖਾਂ ਬਾਹਰ ਦੀ। ਤੇ ਯਾਰ ਵਿਊ ਚੈੱਕ ਕਰੋ ਤੁਸੀਂ, ਕਿੰਨਾ ਵਧੀਆ ਹੈਗਾ ਇੱਥੇ ਨਾ, ਤੁਸੀਂ ਚੈੱਕ ਕਰੋ ਯਾਰ। ਨਾਲੇ ਰਸ਼ ਵੀ ਬਹੁਤ ਇੱਥੇ ਗੱਡੀਆਂ, ਤੇ ਮੁੰਡਾ ਲੱਗਿਆ ਹੋਇਆ ਆਪਣਾ ਉੱਥੇ ਫੋਨ ਪਾ, ਤੇ ਮੈਂ ਕਿਹਾ ਯਾਰ ਦੇਖ ਲਈਏ ਬਾਹਰ ਦਾ ਵਿਊ ਵਧੀਆ ਹੈਗਾ। ਗਾਈਸ ਤੁਸੀਂ ਵੀ ਆਇਆ ਕਰੋ ਇੱਥੇ ਨਾ, ਇੱਥੇ ਵਧੀਆ। ਚੱਪੜ ਚੀੜੀ, ਇਹ ਉਹ ਅਸਥਾਨ ਹੈ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਮੁਗਲ ਫੌਜ ਨੂੰ ਜੰਗ ਵਿੱਚ ਹਰਾਇਆ ਸੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾਉਣ ਵਾਲੇ ਸਰਹੰਦ ਦੇ ਨਵਾਬ ਵਜ਼ੀਰ ਖਾਨ ਨੂੰ ਸੋਧਿਆ ਸੀ। ਖਰੜ ਲਾਂਡਰਾਂ ਰੋਡ ਤੇ ਪੈਂਦੇ ਪਿੰਡ ਚੱਪੜ ਚੀੜੀ ਵਿੱਚ ਸੁਸ਼ੋਭਿਤ ਹੈ ਫਤਿਹ ਬੁਰਜ। ਇਸ ਬੁਰਜ ਨੂੰ ਪੰਜਾਬ ਸਰਕਾਰ ਨੇ ਰਿਕਾਰਡ 11 ਮਹੀਨਿਆਂ ਵਿੱਚ ਤਿਆਰ ਕਰਵਾ ਕੇ ਸਿੱਖਾਂ ਨੂੰ ਸਮਰਪਿਤ ਕਰ ਦਿੱਤਾ ਹੈ। 300 ਭਾਈ ਫਤਿਹ ਸਿੰਘ ਔਰ ਆਪ ਇਨਕੋ ਦੇਖੋ,
गाइस ये हैं बाबा बंदा सिंह बहादुर जी और इनका स्टैचू बना हुआ है, अभी दिखाता हूँ आगे से। ये चेक करो, थोड़ा आपको ब्लैक दिख रहा होगा, बहुत ऊंचाई पे बिठाया हुआ है इनको। ये अपना भाई माली सिंह और ये इनका स्टैचू है। क्या सुंदर दिख रहा है यार, ग्रीन ही ग्रीन है सारा, मतलब इतना अच्छा व्यू है यार। चप्पड़चिड़ी फतेह बुर्ज, ਉਹ ਵੱਖਰਾ ਸੀ ਉਦੋਂ ਅੰਮ੍ਰਿਤ ਵਗੈਰਾ ਦੀ ਪ੍ਰਥਾ ਹੈ ਨਹੀਂ ਸੀ।
ਸਥਾਨ ਦਾ ਦ੍ਰਿਸ਼ ਹੋਰ ਵੀ ਮਨਮੋਹਕ ਅਤੇ ਦਿਲ ਖਿੱਚਵਾਂ ਹੁੰਦਾ ਹੈ। ਪੰਜਾਬ ਸਰਕਾਰ ਨੇ ਇਸ ਯਾਦਗਾਰ ਸ਼ਹੀਦੀ ਸਮਾਰਕ ਨੂੰ ਬਣਾਉਣ ਲਈ 46 ਕਰੋੜ 2 ਲੱਖ ਰੁਪਇਆਂ ਦੀ ਰਾਸ਼ੀ ਖਰਚ ਕੀਤੀ ਹੈ ਅਤੇ ਅੱਗੋਂ ਵੀ ਇਤਿਹਾਸਕ ਥਾਵਾਂ। ਤੋ ਗਾਇਸ ਆ ਗਏ ਹੈ ਫਤਿਹਪੁਰ ਚ ਕੇ ਅੰਦਰ, ਉਹ ਯੇ ਦੇਖੋ ਯਾਰ ਕਿਤਨਾ ਸਪੇਸ ਹੈ ਇਸਕੇ ਅੰਦਰ ਨਾ, ਯੇ ਲਿਫਟ ਵਗੈਰਾ ਲਗੀ ਹੈ ਔਰ ਯਹਾਂ ਪੇ ਕਵਰ ਕਰ ਰੱਖੀ ਹੈ ਯੇ ਸਾਰਾ। ਕਿਆ ਠੰਡੀ ਠੰਡੀ ਹਵਾ ਆ ਰਹੀ ਹੈ ਯਾਰ, ਯੇ ਯਹਾਂ ਪੇ ਲਿਫਟ ਲਗੀ ਹੋਈ ਹੈ ਬਟ ਅਲਾਊਡ ਨਹੀਂ ਕਰਦੀ, ਯੇ ਕਵਰ ਕਰ ਰੱਖਾ ਸਾਰਾ। ਤੋ ਚਲਤੇ ਹੈਂ ਇਧਰ ਬਾਹਰ ਕੀ ਤਰਫ ਯਾਰ, ਇਸ ਸਾਈਡ ਸੇ ਹੈ ਬਾਹਰ ਕਾ। तो गाइस ये आ गया बाहर इसके निकल के और इस साइड चलते हैं, इस तरफ चलते हैं यार, इस तरफ देखते हैं क्या है। तो गाइस निकलते हैं तेरे को देखते हैं। और ये देखो सही है यार, हम भी परफॉर्म वगैरह करते हैं ना, कोई कुछ होता है तो जैसे स्कूल में का बच्चे। ते गाइस मैं बना लिया वीडियो ते ਵਧੀਆ ਸੀ ਸਾਰਾ ਉੱਥੇ ਦਾ ਨਾ ਵਿਊ, ਜਿੰਨਾ ਵਧੀਆ ਸੀ ਨਾ ਤੁਸੀਂ ਦੇਖੀ ਲਿਆ ਹੋਣਾ ਵੀਡੀਓ 'ਚ, ਇੰਨਾ ਵਧੀਆ ਵਿਊ ਸੀਗਾ। ਅਤੇ ਮੇਰੇ ਵੈਬਸਾਈਟ ਵੀ ਚੈੱਕ ਕਰੋ ਤੁਸੀਂ ਕਿੰਨਾ ਵਧੀਆ ਹੈਗਾ ਨਾ ਸਾਰਾ। ਅਤੇ ਵੀਡੀਓ ਅੱਛੀ ਲੱਗੇ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਨਾਓ। ਥੈਂਕ ਯੂ ਗਾਈਜ਼, ਲਵ ਯੂ।